ਜਿਸ ਤਰੀਕੇ ਨਾਲ ਸ਼ੁਰੂ ਤੋਂ ਉਹਨਾਂ ਦੇ ਦਾਅਵੇ ਹੁੰਦੇ ਨਜ਼ਰ ਆਏ ਨੇ ਇੱਕ ਵਾਰੀ ਫੇਰ ਤੋਂ ਉਹੀ ਤਰੀਕੇ ਦੇ ਨੇ ਇੱਕ ਪ੍ਰੈਸ਼ਰ ਪੋਲਿਟਿਕਸ ਦਾ ਆਪਾਂ ਹਮੇਸ਼ਾ ਜ਼ਿਕਰ ਕਰਦੇ ਆਂ ਉਹੀ ਨਜ਼ਰ ਆ ਰਿਹਾ ਹੈ ਦੇਖੋ ਜੇਕਰ ਮੀਟਿੰਗ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਰੋਕ ਦਿੱਤਾ ਜਾਵੇ ਤਾਂ ਸ਼ਾਇਦ ਸ਼ਾਮ ਵਾਲੀ ਮੀਟਿੰਗ ਦੀ ਸਥਿਤੀ ਕੁਝ ਵੱਖਰੀ ਹੋ ਜਾਏ ਹੁਣ ਲਾਈਨਾਂ ਟਰੈਕਟਰ ਦੀਆਂ ਇੱਕ ਤਰੀਕੇ ਨਾਲ ਪ੍ਰੈਸ਼ਰ ਪ੍ਰੈਸ਼ਰ ਪੋਲਿਟਿਕਸ ਦਾ ਇੱਕ ਹਿੱਸਾ ਤੁਸੀਂ ਕਹਿ ਸਕਦੇ ਹੋ ਕਿ ਇੱਕ ਦਬਾਅ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਤੇ ਜੇਕਰ ਮੀਟਿੰਗ ਦੇ ਵਿੱਚ ਕੋਈ ਹਿਲਾਂ ਨਹੀਂ ਨਿਕਲਦਾ ਕੋਈ ਹੱਲ ਨਹੀਂ ਨਿਕਲਦਾ ਤਾਂ ਫਿਰ ਫਤਿਹਗੜ੍ਹ ਸਾਹਿਬ ਪਹੁੰਚੇ ਹੋਏ ਨੇ ਜਿੱਥੇ ਮੈਂ ਇਸ ਸਮੇ ਮੌਜੂਦ ਹਾਂ ਇਥੋਂ ਕਰੀਬ ਕਰੀਬ ਤੁਸੀਂ ਕਹਿ ਸਕਦੇ ਹੋ ਕਿ 40 ਕਿਲੋਮੀਟਰ ਦਾ ਦੂਰ ਹੈ ਫਤਿਹਗੜ੍ਹ ਸਾਹਿਬ ਔਰ ਉੱਥੋਂ ਇੱਥੇ ਪਹੁੰਚਣਾ ਜ਼ਿਆਦਾ ਮੁਸ਼ਕਲ ਨਹੀਂ ਔਰ ਸ਼ੰਭੂ ਬਾਰਡਰ ਤੋਂ ਆਪਣਾ ਪਤਾ ਹੈ ਕਿ ਦਿੱਲੀ ਵਾਲੇ ਪਾਸੇ ਪੂਰਾ ਹਰਿਆਣਾ ਨਿਕਲ ਕੇ ਜਾਣਾ ਹੋਏਗਾ ਇੱਥੇ ਤੱਕ ਕੋਈ ਬਾਰਡਰ ਦੇ ਉੱਤੇ ਕੋਈ ਤੁਸੀਂ ਕਹਿ ਸਕਦੇ ਹੋ ਬੈਰੀਕੇਡ ਨਹੀਂ ਹੈ ਕਿਸ ਤਰੀਕੇ ਦੀ ਕੋਈ ਰੋਕ ਨਹੀਂ ਹੈ ਪਰ ਜਦੋਂ ਤੁਸੀਂ ਇੱਕ ਵਾਰੀ ਹਰਿਆਣਾ ਚ ਐਂਟਰ ਕਰ ਗਏ ਜੇ ਇਹ ਬੈਰੀਕੇਡ ਕ੍ਰਾਸ ਕਰਕੇ ਵੀ ਕਿਸਾਨ ਅੱਗੇ ਵੱਧ ਗਏ ਤਾਂ ਆਉਣ ਵਾਲੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੀ ਬੈਰੀਕੇਡਿੰਗ ਉਸ ਤੀ ਕੁਝ ਇਸ ਤਰੀਕੇ ਨਾਲ ਮਿਲ ਸਕਦੀ ਹੈ ਜਿਵੇਂ ਕੁਰੂਖੇਤਰ ਦੀਆਂ ਅਸੀਂ ਤਸਵੀਰਾਂ ਪਹਿਲਾਂ ਦੇਖੀਆਂ ਨਹੀਂ ਉਸ ਤੋਂ ਬਾਅਦ ਸਿੰਘੂ ਬਾਰਡਰ ਦੇ ਉੱਤੇ ਹੁੰਦੀਆਂ ਤਿਆਰੀਆਂ ਅਸੀਂ ਦੇਖੀਆਂ ਨੇ ਇਹ ਤਸਵੀਰ ਅਸੀਂ ਆਪਣੀ ਲਗਾਤਾਰ ਦਰਸ਼ਕਾਂ ਨੂੰ ਪਹੁੰਚਾ ਰਹੇ ਹਾਂ ਇਹ ਇੱਕ ਤਰੀਕੇ ਨਾਲ ਤਸਵੀਰ ਦੱਸਣ ਦੀ ਸਥਿਤੀ ਸਮਝਾਉਣ ਦੀ ਵੀ ਕੋਸ਼ਿਸ਼ ਹੈ ਉਹ ਚਾਹੇ ਇੱਥੇ ਲਗਾਈਆਂ ਗਈਆਂ ਆਹ ਸਈਏ ਹੁਣ ਬਹੁਤ ਨੁਕੀਲੇ ਕਰਕੇ ਬਿਲਕੁਲ ਸੀਮਿੰਟ ਦੇ ਵਿੱਚ ਬਜਰੀ ਦੇ ਵਿੱਚ ਦੱਬੇ ਗਏ ਨੇ ਉਸ ਤੋਂ ਬਾਅਦ ਇਹ ਚਾਹੇ ਵੱਡੀਆਂ ਸਲੈਬਸ ਹੋਣ ਸਲੈਬ ਦੇ ਪਿੱਛੇ ਬੈਰੀਕੇਡਿੰਗਸ ਦੀਆਂ ਲੇਅਰ ਹੋਣ 1 2 3 4 5 ਲੇਅਰ ਹੋਣ ਔਰ ਤੁਸੀਂ ਕਹਿ ਸਕਦੇ ਹੋ ਕਿ ਕਈ 100 ਮੀਟਰ ਤੱਕ ਇਸ ਤਰੀਕੇ ਦੀ ਬੈਰੀਕੇਡਿੰਗ ਹੈ ਕਿ ਜੇਕਰ ਇੱਕ ਸਲੈਬ ਨੂੰ ਹਟਾ ਕੇ ਇੱਕ ਬੈਰੀਕੇਡਿੰਗ ਨੂੰ ਹਟਾ ਕੇ ਅੱਗੇ ਵੱਧ ਵੀ ਜਾਂਦਾ ਕੋਈ ਤਾਂ ਫਿਰ ਅਗਲੀ ਹੈ ਫਿਰ ਉਸ ਤੋਂ ਨੈਕਸਟ ਹੈ ਫਿਰ ਉਸ ਤੋਂ ਨੈਕਸਟ ਹੈ ਫਿਰ ਉਸ ਤੋਂ ਨੈਕਸਟ ਹੈ ਤਾਂ ਦਿੱਕਤ ਇਹ ਹੈ ਹੈ ਤੇ ਮੈਨੂੰ ਯਾਦ ਹੈ 2020 ਦੇ ਵਿੱਚ ਸਰਬ ਜਦੋਂ ਅਸੀਂ ਖਨੌਰੀ ਬਾਰਡਰ ਖੜੇ ਸੀ ਤਾਂ ਉੱਥੇ ਵੀ ਕੁਝ ਇਸ ਤਰੀਕੇ ਦੀ ਬੈਰੀਕੇਡਿੰਗ ਕੀਤੀ ਗਈ ਸੀ ਪਰ ਵੱਖਰਾ ਕੀ ਸੀ ਉਸ ਸਮੇਂ ਤੇ ਇਸ ਸਮੇਂ ਦੇ ਵਿੱਚ ਕਿ ਉੱਥੇ ਇੱਕ ਸਿੰਗਲ ਲੇਅਰ ਦੀ ਇਸ ਤਰੀਕੇ ਨਾਲ ਸਲੈਬਜ਼ੀ ਬੈਰੀਕੇਡਿੰਗ ਸੀ ਤੇ ਕਿਸਾਨਾਂ ਨੇ ਟਰੈਕਟਰ ਦੇ ਨਾਲ ਬੰਨ ਬੰਨ ਕੇ ਸਲੈਬਜ਼ ਸਾਈਡ ਕਰ ਦਿੱਤੇ ਉਸ ਤੋਂ ਬਾਅਦ ਮਿੱਟੀ ਉੱਥੇ ਸੀ ਉਸ ਦੇ ਉੱਪਰੋਂ ਟਰੈਕਟਰ ਚੜਾ ਕੇ ਬਿਲਕੁਲ ਰਾਹ ਪੱਧਰਾ ਕਰਕੇ ਉਹ ਦਿੱਲੀ ਵਾਲੇ ਪਾਸੇ ਕੂਚ ਕਰ ਗਏ ਇਸ ਵਾਰ ਸ਼ਾਇਦ ਉਸ ਤਰੀਕੇ ਨਾਲ ਹੀ ਸੋਚਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜੇ ਹਰਿਆਣਾ ਪ੍ਰਸ਼ਾਸਨ ਦੇ ਨੁਮਾਇੰਦੇ ਨੇ ਕਿ ਨਾ ਉਸ ਤਰੀਕੇ ਨਾਲ ਅੱਗੇ ਵਧਣ ਦਿੱਤਾ ਜਾਵੇ ਕਿ ਜੇਕਰ ਇੱਕ ਵਾਰੀ ਅੱਗੇ ਵਧਣ ਦੀ ਕੋਸ਼ਿਸ਼ ਵੀ ਕਰਦੇ ਨੇ ਮੈਂ ਥੋੜਾ ਜਿਹਾ ਉੱਪਰ ਚੜਨ ਦੀ ਕੋਸ਼ਿਸ਼ ਕਰਦਾ ਹਾਂ ਜੇਕਰ ਦਿਖਾ ਸਕਾਂ ਤਾਂ ਮੈਂ ਗਿਣਨ ਦੀ ਕੋਸ਼ਿਸ਼ ਕਰ ਰਿਹਾ ਸਰਬ ਦੇਖੋ ਇਨਫੈਕਟ ਇੱਕ ਹੋਰ ਇੰਟਰਸਟਿੰਗ ਗੱਲ ਦੱਸਦੇ ਆ ਕਿ ਇਸ ਸਲੈਬ ਦੇ ਪਿਛਲੇ ਵਾਲੇ ਪਾਸੇ ਬਿਲਕੁਲ ਬਜਰੀ ਭਰੀ ਗਈ ਹੈ ਜਿਵੇਂ ਆਪਾਂ ਪੱਕਾ ਸੀਮਿੰਟ ਲਗਾ ਦਿੰਦੇ ਹਾਂ ਬਜਰੀ ਭਰ ਦਿੱਤੀ ਜਾਂਦੀ ਹੈ ਤਾਂ ਇਹ ਬਜਰੀ ਨਜ਼ਰ ਆ ਰਹੀ ਹੈ ਯਾਨੀ ਕਿ ਤੁਸੀਂ ਕਹਿ ਸਕਦੇ ਹੋ ਜਿਵੇਂ ਆਪਾਂ ਲੈਂਟਰ ਦੇ ਲਈ ਇਸਤੇਮਾਲ ਕਰਦੇ ਹਾਂ ਸਮਾਨ ਉਸ ਤਰੀਕੇ ਨਾਲ ਇਹ ਪੂਰਾ ਬਜਰੀ ਦੇ ਨਾਲ ਵੱਡੇ ਵੱਡੇ ਬਲਾਕਸ ਬਣਾ ਕੇ ਇੱਥੇ ਰੱਖਿਆ ਗਿਆ ਹੈ ਉਹ ਤਸਵੀਰਾਂ ਨਜ਼ਰ ਆ ਰਹੀਆਂ ਨੇ ਇੱਕ ਸਲੈਬ ਮੇਰੇ ਜਿਸ ਦੇ ਉੱਤੇ ਮੈਂ ਸਟੈਂਡ ਇਸ ਸਮੇਂ ਖੜਾ ਹੋਇਆ ਹਾਂ ਉਸ ਤੋਂ ਬਾਅਦ ਵੱਡੇ ਵੱਡੇ ਬਲਾਕਸ ਨਜ਼ਰ ਆ ਰਹੇ ਨੇ ਉਸ ਤੋਂ ਬਾਅਦ ਮੈਂ ਦੂਜੀ ਸਲੈਬ ਦੇਖਦੇ ਪੀਜੀ ਚੌਥੀ ਪੰਜਵੀਂ ਛੇਵੀਂ ਤੋਂ ਬਾਅਦ ਉਸ ਤੋਂ ਅੱਗੇ ਮੈਨੂੰ ਨਹੀਂ ਦੇਖ ਰਿਹਾ ਪਿੱਛੇ ਜਵਾਨ ਜ਼ਰੂਰ ਨਜ਼ਰ ਆ ਰਹੇ ਨੇ ਇੱਕ ਦੋ ਉਹ 3 4 5 ਪੰਜ ਬਲॉक्स ਮੈਨੂੰ ਇਸ ਸਮੇਂ ਨਜ਼ਰ ਆ ਰਹੇ ਨੇ ਜਿਨ੍ਹਾਂ ਨੂੰ ਹਟਾਉਣ ਦੇ ਲਈ ਖਾਸੀ ਮਸ਼ੱਕਤ ਕਰਨੀ ਪੈ ਸਕਦੀ ਹੈ ਜੇਕਰ ਕਿਉਂਕਿ ਧੁੰਦ ਬਹੁਤ ਹੈ ਕੰਡੇ ਵਾਲੀ ਤਾਰ ਦਾ ਵੀ ਇਸਤੇਮਾਲ ਕੀਤਾ ਗਿਆ ਹੈ ਔਰ ਇਹ ਸਾਰੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਔਰ ਮੈਂ ਦੇਖਾਂ ਤਾਂ ਇੱਥੇ ਕਰੀਬ ਕਰੀਬ 5 ਤੋਂ 6 ਲੇਅਰ ਨਜ਼ਰ ਆ ਰਹੇ ਨੇ ਤੇ ਉਸ ਤੋਂ ਬਾਅਦ ਜਿਹੜੇ ਹਰਿਆਣਾ ਪੁਲਿਸ ਦੇ ਜਾਂ ਉੱਥੇ ਜਿਹੜੀਆਂ ਹੋਰ ਫੋਰਸਿਸ ਲਗਾਈਆਂ ਗਈਆਂ ਨੇ ਉਹਨਾਂ ਦੇ ਜਵਾਨ ਨੇ ਸ਼ਾਇਦ ਤਸਵੀਰ ਦੇ ਵਿੱਚ ਤੁਹਾਨੂੰ ਨਜ਼ਰ ਨਾ ਆ ਰਿਹਾ ਹੋਵੇ ਕਿਉਂਕਿ ਥੋੜੀ ਧੁੰਦ ਦਾ ਮੌਸਮ ਹੈ ਔਰ ਧੁੰਦੀ ਵਜ੍ਹਾ ਦੇ ਨਾਲ ਬਹੁਤ ਵਿਜ਼ਿਬਿਲਿਟੀ ਜ਼ਿਆਦਾ ਨਹੀਂ ਹੈ ਉੱਥੇ ਰੋਕਿਆ ਗਿਆ ਉਸ ਦੇ ਪਾਸੇ ਹੀ ਤੁਸੀਂ ਕਹਿ ਸਕਦੇ ਹੋ ਕਿ ਜਿਹੜੀਆਂ ਟਾਇਰ ਗੈਸ ਹੁੰਦੀ ਹੈ ਉਸ ਦੀਆਂ ਗੱਡੀਆਂ ਜਾਂ ਫਿਰ ਹੋਰ ਜਿਹੜੇ ਇਹਨਾਂ ਦੇ ਹਰਿਆਣਾ ਪੁਲਿਸ ਦੇ ਵੱਲੋਂ ਪੈਰਾਮਿਲਟਰੀ ਫੋਰਸਿਸ ਲਗਾਈਆਂ ਗਈਆਂ ਨੇ ਤਾਂ ਉੱਥੇ ਨਜ਼ਰ ਆ ਰਿਹਾ ਹੈ ਇਹ ਤਸਵੀਰਾਂ ਮੈਂ ਇਸ ਕਰਕੇ ਵੀ ਦਿਖਾ ਰਹੇ ਹਾਂ ਕਿ ਕਿਵੇਂ ਦੀ ਤਿਆਰੀ ਕੀਤੀ ਗਈ ਹੈ ਕਿਵੇਂ ਦੀ ਤਿਆਰੀ ਉੱਥੇ ਕਰ ਦਿੱਤੀ ਗਈ ਜਿਹੜੇ ਹਰਿਆਣਾ ਦੇ ਪ੍ਰਸ਼ਾਸਨ ਦੇ ਵੱਲੋਂ ਮੈਂ 2020 ਦਾ ਇਸ ਕਰਕੇ ਵੀ ਵਾਰ-ਵਾਰ ਜ਼ਿਕਰ ਕਰ ਰਹੇ ਹਾਂ ਕਿ ਦੇਖੋ 2020 ਦੇ ਵਿੱਚ ਜਿਹੜੀ ਸਥਿਤੀ ਸੀ ਉਹ ਵੱਖਰੀ ਸੀ ਉਸ ਸਮੇਂ ਇਕ ਲੇਅਰ ਦੋ ਲੇਅਰ ਸੀ ਉਸ ਨੂੰ ਹਟਾ ਕੇ ਬਹੁਤ ਛੇਤੀ ਅੱਗੇ ਵਧ ਗਏ ਥੋੜੀ ਜੀ ਧੁੰਦ ਹੈ ਮੈਂ ਤੁਹਾਨੂੰ ਹੋਰ ਵੀ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰਦਾ ਮੇਰੇ ਸਹਿਯੋਗੀ ਜਿਹੜੇ ਇੱਥੇ ਕੱਲ ਪਹੁੰਚੇ ਹੋਏ ਸੀ ਨਪਿੰਦਰ ਪਹੁੰਚੇ ਸੀ ਨਪਿੰਦਰ ਦੇ ਨਾਲ ਟੀਮ ਸੀ ਤਾਂ ਕੱਲ ਤੇ ਅੱਜ ਦੇ ਵਿੱਚ ਇਹ ਫਰਕ ਹੈ ਇਹ ਵੀ ਕੰਟ੍ਰਾਸਟਿੰਗ ਫੈਕਟ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਰਿਹਾ ਹਾਂ ਕਿ ਜਿਹੜਾ ਪਾਣੀ ਦਾ ਵਹਾਅ ਹੈ ਕੱਲ ਇੱਥੇ ਉਸ ਦੀ ਆਵਾਜ਼ ਮਹਿਸੂਸ ਨਹੀਂ ਕੀਤੀ ਜਾ ਰਹੀ ਸੀ ਅ ਅੱਜ ਮੈਂ ਬਿਲਕੁਲ ਪਾਣੀ ਦਾ ਵਹਾਅ ਹੈ ਜਿਹੜਾ ਉਸ ਦੀ ਆਵਾਜ਼ ਮਹਿਸੂਸ ਕਰ ਰਹੇ ਹਾਂ ਧੁੰਦ ਦੀ وجہ ਨਾਲ ਸ਼ਾਇਦ ਤੁਹਾਨੂੰ ਨਹੀਂ ਦਿਖ ਰਿਹਾ ਹੋਏਗਾ ਔਰ ਇਸ ਦੀ وجہ ਦੇ ਨਾਲ ਤੁਸੀਂ ਸਮਝ ਸਕਦੇ ਹੋ ਕਿ ਪਾਣੀ ਦਾ ਵਹਾਅ ਵੀ ਤੇਜ਼ ਕਰ ਦਿੱਤਾ ਗਿਆ ਕਿਉਂਕਿ ਜੇ ਉਸ ਨੂੰ ਕਰਾਸ ਕਰਨਾ ਹੋਏਗਾ ਤਾਂ ਦਿੱਕਤ ਹੋਏਗੀ ਤਾਂ ਇਸ ਕਰਕੇ ਜਿਹੜਾ ਪਾਣੀ ਦਾ ਵਹਾਅ ਏ ਉਸ ਦੀ ਆਵਾਜ਼ ਦੱਸ ਰਹੀ ਹੈ ਕਿ ਪਾਣੀ ਪਾਣੀ ਦਾ ਜਿਹੜਾ ਫਲੋ ਹੈ ਉਹ ਉਹ ਤੇਜ਼ ਹੋਇਆ ਹੈ ਤਾਂ ਪਾਣੀ ਦੇ ਫਲੋ ਦੀ وجہ ਦੇ ਨਾਲ ਉਹ ਇੱਕ ਤਰੀਕੇ ਦੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਕੋਸ਼ਿਸ਼ ਕੀਤੀ ਗਈ ਹੈ ਕਿ ਜੇਕਰ ਕੋਈ ਦਰਿਆ ਦੇ ਵਿੱਚੋਂ ਵੀ ਲੰਘਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਵੀ ਰੋਕਿਆ ਜਾ ਸਕੇ ਇੱਕ ਹੋਰ ਮੈਂ ਇੰਟਰਸਟਿੰਗ ਪੁਆਇੰਟ ਤੁਹਾਨੂੰ ਦੱਸਦਾ ਹਾਂ ਤੇ ਵੱਡੇ ਵੱਡੇ ਪੱਥਰ ਸਿਰਫ ਇੱਥੇ ਹੀ ਨਹੀਂ ਬਲਕਿ ਜਿਹੜੇ ਪੁਲ ਦੇ ਅੰਦਰ ਐਂਟਰ ਹੁੰਦੇ ਨੇ ਉੱਥੇ ਵੀ ਉਸ ਤਰੀਕੇ ਨਾਲ ਹੀ ਬੈਰੀਕੇਟਿੰਗ ਕੀਤੀ ਗਈ ਹੈ ਔਰ ਜਿੱਥੋਂ ਨਿਕਲਣ ਦਾ ਰਾਹ ਹੈ ਉੱਥੇ ਪ੍ਰਾਪਰ ਤੁਸੀਂ ਕਹਿ ਸਕਦੇ ਹੋ ਕਿ ਖੱਡੇ ਪੁੱਟ ਦਿੱਤੇ ਗਏ ਨੇ ਤਾਂ ਉੱਥੋਂ ਵੀ ਨਿਕਲਿਆ ਨਹੀਂ ਜਾ ਸਕਦਾ ਇਮ ਸ਼ੰਭੂ ਬਾਰਡਰ ਦੀ ਪੂਰੀ ਸਥਿਤੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇੱਥੋਂ ਨਿਕਲਣਾ ਇਨਾ ਆਸਾਨ ਨਹੀਂ ਹੈ ਹਾਂ ਹੁਣ ਦੇਖਦੇ ਹਾਂ ਕਿ ਕਿਸਾਨ ਇੱਥੇ ਪਹੁੰਚਦੇ ਨੇ ਕਿੰਨੀ ਵੱਡੀ ਗਿਣਤੀ 'ਚ ਪਹੁੰਚਦੇ ਨੇ ਕਿਹੜੇ-ਕਿਹੜੇ ਪਹੁੰਚਦੇ ਨੇ ਜੱਥੇਬੰਦੀਆਂ ਦੇ ਆਗੂ ਤੇ ਉਸ ਤੋਂ ਬਾਅਦ ਹੀ ਪਿਕਚਰ ਕਲੀਅਰ ਹੋ ਸਕੇਗੀ ਕਿ ਉਹ ਇੱਥੋਂ ਅੱਗੇ ਵੱਧ ਪਾਉਂਦੇ ਨੇ ਆਹੀ ਰੂਟ ਚੁਣਿਆ ਜਾਂਦਾ ਹੈ ਕੋਈ ਹੋਰ ਰੂਟ ਚੁਣਿਆ ਜਾਂਦਾ ਹੈ ਜਾਂ ਫਿਰ ਦਰਿਆ ਦੇ ਵਿੱਚੋਂ ਨਿਕਲ ਕੇ ਜਾਣ ਦੀ ਕੋਸ਼ਿਸ਼ ਕਰਦੇ ਨੇ ਫਿਲਹਾਲ ਦੀ ਸਥਿਤੀ ਇਹ ਹੀ ਹੈ ਕਿ ਪੰਜ-ਛੇ ਲੇਅਰ ਉਸ ਤੋਂ ਬਾਅਦ ਹਰਿਆਣਾ ਪੁਲਿਸ ਦੇ ਜਵਾਨ ਕੱਲ ਟਾਇਰ ਗੈਸ ਦੀ ਮੌਕ ਡ੍ਰਿਲ ਕਰਨ ਦੀ ਕੋਸ਼ਿਸ਼ ਸਭ ਕੁਝ ਹੋ ਰਿਹਾ ਹੈ ਫਿਲਹਾਲ ਇਥੇ ਪਰਿੰਦਾ ਪਰ ਨਹੀਂ ਮਾਰ ਰਿਹਾ ਕੋਈ ਲੋਕਲ ਕੋਈ ਪੈਦਲ ਜੇ ਕਿਸੇ ਨੇ ਪਰਲੇ ਪਾਸੇ ਜਾਣਾ ਹੋਵੇ ਜਿਹੜੇ ਲੋਕ ਨੀਚੋਂ ਨਿਕਲ ਰਹੇ ਸੀ ਸਾਈਕਲ ਦੇ ਉੱਤੇ ਮੈਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉੱਪਰੋਂ ਹੀ ਖੜ ਕੇ ਪੁਲ ਦੇ ਉੱਪਰੋਂ ਤਾਂ ਉਹ ਕਹ ਰਹੇ ਸੀ ਅਸੀਂ ਤਾਂ ਹਸਪਤਾਲ ਜਾਣਾ ਜੀ ਅਸੀਂ ਰੋਹ ਜਾਨੇ ਆ ਸਾਨੂੰ ਹਸਪਤਾਲ ਜਾਣਾ ਹੁੰਦਾ ਹੈ ਬਹੁਤ ਜ਼ਿਆਦਾ ਸਖਤ ਹੈ ਬਹੁਤ ਜ਼ਿਆਦਾ ਸਖਤ ਹੈ ਉਸ ਤੇ ਇਸ ਵਾਰ ਦੀ ਕੰਪੈਰੀਜ਼ਨ ਤੁਸੀਂ ਕਹਿ ਸਕਦੇ ਹੋ ਕਿ ਬਹੁਤ ਜ਼ਿਆਦਾ ਫਰਕ ਹੈ ਇਹ ਇਹਦੀ ਇੱਕ ਵਜ੍ਹਾ ਇਹ ਹੈ ਕਿਉਂਕਿ ਸ਼ਾਇਦ 2020 ਦੇ ਵਿੱਚ ਜਿਹੜਾ ਪ੍ਰਸ਼ਾਸਨ ਸੀ ਉਹਨਾਂ ਨੂੰ ਇਸ ਚੀਜ਼ ਦੇ ਨਾਲ ਸ਼ਾਇਦ ਅੰਦਾਜ਼ਾ ਨਹੀਂ ਸੀ ਕਿ ਇੰਨੀ ਜ਼ਬਰਦਸਤ ਭੀੜ ਆ ਛੇਗੀ ਇੰਨੀ ਜ਼ਬਰਦਸਤ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਬੈਰੀਕੇਡ ਹਟਾ ਦਿੱਤੇ ਜਾਣਗੇ ਆਮ ਤੌਰ ਤੇ ਸਰਬ ਕੀ ਹੁੰਦਾ ਚੰਡੀਗੜ੍ਹ ਚ ਬਹੁਤ ਸਾਰੇ ਜਿਹੜੇ ਪ੍ਰੋਟੈਸਟ ਹੁੰਦੇ ਨੇ ਉਸ ਤੋਂ ਬਾਅਦ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰੋਟੈਸਟ ਹੁੰਦੇ ਨੇ ਫਿਰ ਕੀ ਹੁੰਦਾ ਉੱਥੇ ਬੈਰੀਕੇਟਿੰਗ ਕਰ ਦਿੱਤੀ ਜਾਂਦੀ ਹੈ ਬੈਰੀਕੇਡ ਦੇ ਪਰਲੇ ਪਾਸੇ 20-50 ਪੁਲਿਸ ਵਾਲੇ ਖੜੇ ਹੁੰਦੇ ਨੇ ਰੋਕਿਆ ਜਾਂਦਾ ਹੈ ਪ੍ਰਦਰਸ਼ਨਕਾਰੀਆਂ ਨੂੰ ਉਹਨਾਂ ਦੇ ਉੱਤੇ ਪਾਣੀ ਦੀਆਂ ਬਿਛਾੜਾ ਪ ਜਦੋਂ ਕਿਸਾਨ ਪ੍ਰਦਰਸ਼ਨ ਕਰਨ ਦੇ ਲਈ ਅੱਗੇ ਵਾਧੇ ਨੇ ਔਰ ਇਹ 2020 ਦੇ ਵਿੱਚ ਹਰਿਆਣਾ ਦੇ ਪ੍ਰਸ਼ਾਸਨ ਨੇ ਬਾਖੂ ਵੀ ਦੇਖ ਲਿਆ ਕਿ ਆਖਿਰ ਕਿਸ ਤਰੀਕੇ ਦੇ ਨਾਲ ਅੱਗੇ ਵਾਧੇ ਨੇ ਕਿਸਾਨ ਤਾਂ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਕਹੋ ਕਿ ਉਸ ਸਮੇਂ ਕੋਈ ਬਹੁਤ ਵੱਡੀ ਕੁਤਾਹੀ ਹੋ ਗਈ ਸ਼ਾਇਦ ਉਹ ممکن ਨਹੀਂ ਹੈ ਜਾਂ ਕਹੀਏ ਕਿ ਉਸ ਸਹੀ ਸ਼ਬਦ ਨਹੀਂ ਹੋਣਗੇ ਪਰ ਦੂਜਾ ਪੁਆਇੰਟ ਇਹ ਜ਼ਰੂਰ ਹੈ ਕਿ ਉਸ ਸਮੇਂ ਤੇ ਇਸ ਸਮੇਂ ਦੇ ਵਿੱਚ ਫਰਕ ਇਹ ਹੈ ਕਿ ਬਹੁਤ ਤਿਆਰੀ ਕੀਤੀ ਗਈ ਹੈ ਅਸੀਂ ਥੋੜਾ ਜਿਹਾ ਹੋਰ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੇ ਮੈਂ ਜੋ ਪਹਿਲਾਂ ਸ਼ਾਇਦ ਨਹੀਂ ਦਿਖਾ ਸਕਿਆ ਕਿ ਅੱਗੇ ਕਿਵੇਂ ਬਲੌਕ ਕਰਕੇ ਬਿਲਕੁਲ ਜਿਹੜਾ ਅ ਬਜਰੀ ਪਰ ਦਿੱਤੀ ਗਈ ਹੈ ਤਾਂ ਹੁਣ ਤੁਸੀਂ ਦੇਖੋ ਤਸਵੀਰਾਂ ਬਿਲਕੁਲ ਜੇਕਰ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਸਕੀਏ ਤਾਂ ਤਸਵੀਰਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਸਰਬ ਦੇਖੋ ਇਹ ਵੱਡੀਆਂ ਸਲੈਬਸ ਨੇ ਸਲੈਬਸ ਦੇ ਪਿਛਲੇ ਪਾਸੇ ਬਿਲਕੁਲ ਬਜਰੀ ਪਰ ਦਿੱਤੀ ਗਈ ਹੈ ਪ੍ਰੋਪਰ ਜਿਵੇਂ ਲੈਂਟਰ ਪਾ ਦਿੱਤਾ ਗਿਆ ਹੁੰਦਾ ਉਸ ਤਰੀਕੇ ਨਾਲ ਇਹ ਵੱਡੇ ਵੱਡੇ ਬਲਾਕਸ ਨਜ਼ਰ ਆ ਰਹੇ ਨੇ ਬਲਾਕਸ ਤੋਂ ਬਾਅਦ ਇਹ ਪੂਰੀ ਬਜਰੀ ਭਰੀ ਗਈ ਹੈ ਔਰ ਪੂਰਾ ਪੱਥਰ ਬਣ ਚੁੱਕਿਆ ਹੈ ਯਾਨੀ ਕਿ ਇਹ ਜਿਹੜੀ ਸਲੈਬ ਮੈਂ ਇਸ ਸਮੇਂ ਜਿਸ ਦੇ ਉੱਤੇ ਖੜਾ ਹਾਂ ਤੁਸੀਂ ਸਲੈਬ ਇੱਕ ਨਹੀਂ ਕਹਿ ਸਕਦੇ ਕਿ ਇਹ ਸਿੰਗਲ ਸਲੈਬ ਹੈ ਤੇ ਇਸ ਸਲੈਬ ਨੂੰ ਹਟਾ ਕੇ ਕੋਈ ਅੱਗੇ ਵੱਧ ਜਾਏਗਾ ਇਸ ਸਲੇਬ ਬਾਕੀ ਬਜਰੀ ਦੀ ਵਜਾ ਦੇ ਨਾਲ ਬਾਕੀ ਆਪਸ ਦੇ ਵਿੱਚ ਜੁੜਨ ਦੀ ਵਜਾ ਦੇ ਨਾਲ ਕਾਫੀ ਤੁਸੀਂ ਇੱਕ ਵੱਡਾ ਬਲਾਕ ਕਹਿ ਸਕਦੇ ਹੋ ਕਿ ਪੁਲ ਦੇ ਉੱਪਰ ਇੱਕ ਵੱਡਾ ਬਲਾਕ ਬਣ ਚੁੱਕਿਆ ਹੈ ਜਦੋਂ ਇਹਨੂੰ ਹਟਾਉਣਾ ਹੋਏਗਾ ਚਾਹੇ ਪ੍ਰਸ਼ਾਸਨ ਨੂੰ ਹੀ ਹਟਾਉਣਾ ਪਵੇ ਉਮੀਦ ਕਰਦੇ ਹਾਂ ਕਿ ਸ਼ਾਮ ਨੂੰ ਮੀਟਿੰਗ ਜਿਹੜੀ ਹੋਣੀ ਹੈ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਉਸ ਦੇ ਵਿੱਚ ਕੋਈ ਸਹਿਮਤੀ ਬਣ ਜਾਏਗੀ ਤਾਂ ਜੇਕਰ ਉਸ ਸਹਿਮਤੀ ਤੋਂ ਬਾਅਦ ਵੀ ਇਹ ਹਟਾਉਣ ਦੀ ਜ਼ਰੂਰਤ ਪਈ ਕਿ ਠੀਕ ਹੈ ਹਟਾ ਦਿਓ ਬਲਾਕ ਤੇ ਰਾਹ ਖੋਲ ਦਿੱਤਾ ਜਾਵੇ ਤਾਂ ਵੀ ਕਈ ਘੰਟੇ ਆ ਇੱਕ ਦਿਹਾੜੀ ਦਾ ਟਾਈਮ ਲੱਗ ਸਕਦਾ ਹੈ ਇਹਨਾਂ ਬਲਾਕਸ ਨੂੰ ਹਟਾਉਣ ਵਾਸਤੇ ਤੇ ਇਥੋਂ ਰਾਹ ਕਲੀਅਰ ਕਰਨ ਵਾਸਤੇ ਖੋਲਣ ਵਾਸਤੇ ਤਾਂ ਇਹ ਇਹ ਸਥਿਤੀ ਇਸ ਸਮੇ ਇਹ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀ ਹੈ ਕਿ ਜਿਹੜੀ ਤਿਆਰੀ ਹੈ ਉਹ 2020 ਦੇ ਮੁਕਾਬਲੇ ਬਹੁਤ ਜ਼ਿਆਦਾ ਹੈ ਔਰ ਉਸ ਤਿਆਰੀ ਦੇ ਨਾਲ-ਨਾਲ ਦੂਜਾ ਪੁਆਇੰਟ ਇਹ ਵੀ ਹੈ ਕਿ ਬਹੁਤ ਸਾਰੇ ਆਗੂ ਜਿਹੜੇ ਹੈਗੇ ਨੇ ਉਹਨਾਂ ਦੀਆਂ ਜਥੇਬੰਦੀਆਂ ਨਹੀਂ ਜਾ ਰਹੀਆਂ ਜੇ ਮੈਂ ਮਾਲਵੇ ਦਾ ਜ਼ਿਕਰ ਕਰਾਂ ਸਾਊਥ ਮਾਲਵੇ ਦੇ ਵਿੱਚ ਇੱਕ ਬਹੁਤ ਵੱਡੀ ਜਥੇਬੰਦੀ ਜਿਹੜੀ ਏਕਤਾ ਉਗਰਾਹ ਹੈ ਜੋਗਿੰਦਰ ਸਿੰਘ ਉਗਰਾਹ ਦੀ ਉਹ ਕਹਿੰਦੇ ਅਸੀਂ ਨਹੀਂ ਜਾ ਰਹੇ ਰਾਜੇਵਾਲ ਦੀ ਜਥੇਬੰਦੀ ਨਹੀਂ ਜਾ ਰਹੀ ਡਾਕਟਰ ਦਰਸ਼ਨਪਾਲ ਨਹੀਂ ਜਾ ਰਹੇ ਲੱਖੋਵਾਲ ਜਥੇਬੰਦੀ ਨਹੀਂ ਜਾ ਰਹੀ ਉਸ ਤੋਂ ਬਾਅਦ ਜਿਹੜੀਆਂ ਵਕ ਵਕ ਜਥੇਬੰਦੀਆਂ ਦਾ ਮੈਂ ਜ਼ਿਕਰ ਇਸ ਕਰਕੇ ਕਰ ਰਿਹਾ ਕਿਉਂਕਿ ਇਹ ਬਿਲਕੁਲ ਮੋਰੀ ਸੀ 2020 ਦੇ ਵਿੱਚ ਜਦੋਂ ਅੰਦੋਲਨ ਦਿੱਲੀ ਵਾਲੇ ਪਾਸੇ ਕੂਚ ਕਰਦਾ ਹੈ ਇਸ ਵਾਰ ਬਿਲਕੁਲ ਲਾਈਮਲਾਈਟ ਦੇ ਵਿੱਚ ਨੇ ਜਾਂ ਬਿਲਕੁਲ ਸੁਰਖੀਆਂ ਦੇ ਵਿੱਚ ਨੇ ਨਾਮ ਹੈ ਸਰਵਨ ਸਿੰਘ ਪੰਦੇਰ ਤਾਂ ਸਰਵਨ ਸਿੰਘ ਪੰਦੇਰ ਪ੍ਰੋਟੈਸਟੈਂਟ ਲੈ ਕੇ ਬਹੁਤ ਉਹਨਾਂ ਦਾ ਇੱਕ ਵੱਖਰੇ ਤਰੀਕੇ ਦਾ ਰਵਈਆ ਹਮੇਸ਼ਾ ਤੋਂ ਰਿਹਾ ਹੈ ਕਾਬਲੇ ਗੌਰ ਇਹ ਵੀ ਕਿ 2020 ਦੇ ਵਿੱਚ ਸਰਵਨ ਸਿੰਘ ਪੰਦੇੜ ਦੀ ਜੱਥੇਬੰਦੀ ਥੋੜੀ ਜਿਹੀ ਵੱਖਰੀ ਹੋ ਕੇ ਟਰ ਰਹੀ ਸੀ ਬਾਕੀ ਜੱਥੇਬੰਦੀਆਂ ਤੋਂ ਜਿਹੜੀਆਂ 32 ਜੱਥੇਬੰਦੀਆਂ ਸੀ ਪਰ ਇਸ ਵਾਰ ਸਰਵਨ ਸਿੰਘ ਪੰਦੇੜ ਨੂੰ ਕਿਸ-ਕਿਸ ਦਾ ਸਾਥ ਮਿਲਦਾ ਹੈ ਤੇ ਜਿਹੜੀਆਂ ਜੱਥੇਬੰਦੀਆਂ ਨੇ ਬਾਕੀ ਦੀਆਂ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹੜੀਆਂ ਦਿੱਲੀ ਕੂਚ ਕਰਨ ਵਾਲੀਆਂ ਜੱਥੇਬੰਦੀਆਂ ਸਾਡੇ ਨਾਲ ਗੱਲ ਹੀ ਨਹੀਂ ਕੀਤੀ ਤਾਂ ਇਹ ਜਿਹੜਾ ਏਕਾ ਕਿਸਾਨਾਂ ਦਾ 2020 ਦੇ ਵਿੱਚ ਨਜ਼ਰ ਆਇਆ ਸੀ ਤੇ ਇਸ ਵਾਰ ਨਜ਼ਰ ਆਏਗਾ ਇੱਕ ਪਾਸੇ ਹੈ ਖਿੰਡੀਆਂ ਹੋਈਆਂ ਕਿਸਾਨਾਂ ਦੀਆਂ ਜੱਥੇਬੰਦੀ ਦੂਜੇ ਪਾਸੇ ਪ੍ਰਸ਼ਾਸਨ ਦੀ ਤਿਆਰੀ ਕਈ ਗੁਣਾ ਜ਼ਿਆਦਾ ਪਿਛਲੀ ਵਾਰ ਦੇ ਨਾਲੋਂ ਤਾਂ ਜੇਕਰ ਦੋਵੇਂ ਚੀਜ਼ਾਂ ਨੂੰ ਦੇਖਿਆ ਜਾਵੇ ਤਾਂ ਇਸ ਵਾਰ ਕਿਸਾਨਾਂ ਦੇ ਲਈ ਇਹ ਬੈਰੀਕੇਡਸ ਨੂੰ ਕਰਾਸ ਕਰਨਾ ਇਹਨਾਂ ਆਸਾਨ ਨਹੀਂ ਹੋਏਗਾ ਪਰ ਜਿਸ ਤਰੀਕੇ ਨਾਲ ਆਪਾਂ ਬਿਆਸ ਤੋਂ ਰਾਜੀਵ ਆਪਣੋਂ ਤਸਵੀਰਾਂ ਦਿਖਾ ਰਹੇ ਹਾਂ ਕਿ ਉੱਥੋਂ ਹਜ਼ਾਰਾਂ ਦੀ ਤਦਾਦ ਚ ਕਿਸਾਨ ਅੱਗੇ ਵੱਧ ਰਹੇ ਨੇ ਟਰੈਕਟਰ ਅੱਗੇ ਆ ਰਹੇ ਨੇ ਵੱਖ-ਵੱਖ ਜਥੇਬੰਦੀਆਂ ਦੁਆਬੇ ਵਾਲੇ ਪਾਸੇ ਤੋਂ ਵੀ ਆਉਣਗੀਆਂ ਉਸ ਤੋਂ ਬਾਅਦ ਜਥੇਬੰਦੀਆਂ ਮਾਲਵੇ ਵਾਲੇ ਪਾਸੇ ਤੋਂ ਵੀ ਆਉਣਗੀਆਂ ਤਾਂ ਜੇਕਰ ਹਜ਼ਾਰਾਂ ਦੀ ਤਦਾਦ ਦੇ ਵਿੱਚ ਕਿਸਾਨ ਇੱਥੇ ਪਹੁੰਚ ਜਾਂਦੇ ਨੇ ਤਾਂ ਸਥਿਤੀ ਕੁਝ ਵੱਖਰੀ ਹੋ ਸਕਦੀ ਹੈ ਬੈਰੀਕੇਡਸ ਜਦੋਂ ਮੈਂ ਕਨਾਰੀ ਬਾਰਡਰ 2020 ਦੇ ਵਿੱਚ ਖੜਾ ਸੀ ਤਾਂ ਉੱਥੇ ਵੀ ਉਸ ਸਮੇਂ ਦੀ ਸਥਿਤੀ ਲੱਗ ਰਹੀ ਸੀ ਕਿ ਸ਼ਾਇਦ ਨਹੀਂ ਹੋਏਗਾ ਸ਼ਾਇਦ ਇਹ ਨਹੀਂ ਕਰਾਸ ਕੀਤਾ ਜਾ ਸਕਦਾ ਨਹੀਂ ਕਰੜੀ ਬੈਰੀਕੇਡਿੰਗ ਹੈ ਪਰ ਜਦੋਂ ਕਿਸਾਨ ਪਹੁੰਚੇ ਅੱਧੇ ਘੰਟੇ ਦੇ ਵਿੱਚ ਉਹਨਾਂ ਨੇ ਰਾਹ ਪਧਰਾ ਕਰ ਦਿੱਤਾ ਤਾਂ ਕਿ ਇਸ ਵਾਰ ਵੀ ਸਥਿਤੀ ਉਸ ਤਰੀਕੇ ਦੀ ਬਣੇਗੀ ਇਹ ਇੱਕ ਅਹਿਮ ਗੱਲ ਜ਼ਰੂਰ ਹੈ ਔਰ ਦੇਖਣਾ ਹੋਏਗਾ ਸਰਬ ਕੀ ਵਾਕਈ ਉਸ ਤਰੀਕੇ ਦੀ ਸਥਿਤੀ ਤੋਂ ਬਾਅਦ ਜਿਹੜੇ ਇਹ ਬੈਰੀਕੇਡਸ ਹਟਾ ਪਾਉਂਦੇ ਨੇ ਇਹਦੇ ਤੋਂ ਕੋਈ ਰਾਹ ਤਿਆਰ ਕਰ ਲਿਆ ਜਾਂਦਾ ਹੈ ਕੋਈ ਹੋਰ ਰੂਟ ਤਿਆਰ ਕਰ ਲਿਆ ਜਾਂਦਾ ਉਸ ਦੇ ਉੱਤੇ ਨਜ਼ਰ ਰਹੇਗੀ ਸ਼ੰਭੂ ਬਾਰਡਰ ਤੇ ਇਸ ਸਮੇਂ ਦੀ ਸਥਿਤੀ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ 4 ਸਾਲ ਬਾਅਦ ਕਹਾਣੀ ਉੱਥੇ ਦੀ ਉੱਥੇ ਹੈ ਜਾਂ 4 ਸਾਲ ਬਾਅਦ ਕਹਾਣੀ ਇੱਕ ਵਾਰ ਫੇਰ ਖੁਦ ਤੋਂ ਰਿਪੀਟ ਹੁੰਦੀ ਹੋਈ ਨਜ਼ਰ ਆ ਰਹੀ ਹੈ ਮੈਂ ਜ਼ਿਕਰ ਇਸ ਕਰਕੇ ਕਰ ਰਿਹਾ ਕਿ ਯਾਦ ਕਰੋ 26 ਨਵੰਬਰ 2020 ਸਾਡੇ ਦਰਸ਼ਕ ਬਖੂਬੀ ਯਾਦ ਕਰ ਰਹੇ ਹੋਣਗੇ ਕਿ ਜਿਸ ਦਿਨ ਸ਼ੰਭੂ ਬਾਰਡਰ ਖਨੋਰੀ ਬਾਰਡਰ ਡੱਬ ਵਾਲੀ ਬਾਰਡਰ ਇਸ ਤਰੀਕੇ ਨਾਲ ਹੀ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਦੇ ਵਿੱਚ ਪਹੁੰਚੇ ਹੋਏ ਸੀ ਨਾ ਬਾਰਡਰਾਂ ਦੇ ਉੱਤੇ ਮੌਜੂਦਾ ਸਥਿਤੀ ਮੈਂ ਸਮਝਾਉਣ ਦੀ ਕੋਸ਼ਿਸ਼ ਕਰਾਂ ਤਾਂ ਸ਼ੰਭੂ ਵਾਲੇ ਪਾਸੇ ਪਰਿੰਦਾ ਪਰ ਨਹੀਂ ਮਾਰ ਸਕਦਾ ਸ਼ੰਭੂ ਵਾਲੇ ਪਾਸੇ ਤੇ ਕੋਈ ਪੈਦਲ ਲੰਘਣਾ ਮੁਸ਼ਕਿਲ ਹੈ ਸ਼ੰਭੂ ਵਾਲੇ ਪਾਸੇ ਤੋਂ ਬੈਰੀਕੇਡਿੰਗ ਇਸ ਤਰੀਕੇ ਦੀ ਹੈ ਕਿ ਕੋਈ ਇਸ ਤੋਂ ਅੱਗੇ ਜਾਣਾ ਤਕਰੀਬਨ ਨਾ ਮੁਮਕਿਨ ਹੈ ਦੂਜੀ ਗੱਲ ਮੇਸਟ ਸ਼ੁਰੂਆਤ ਇਸ ਹੀ ਪੁਆਇੰਟ ਦੇ ਉੱਤੋਂ ਕੀਤੀ ਸੀ ਕਿ 4 ਸਾਲ ਪਹਿਲਾਂ ਵੀ ਸਥਿਤੀ ਕੁਝ ਵੱਖਰੀ ਨਹੀਂ ਸੀ 4 ਸਾਲ ਪਹਿਲਾਂ ਵੀ ਸਥਿਤੀ ਇਸ ਤਰੀਕੇ ਦੀ ਸੀ ਕਿ ਇੱਥੇ ਬੈਰੀਕੇਡ ਸੀ ਮੈਂ ਉਸ ਪੁਲ ਦੇ ਉੱਤੇ ਹੀ ਮੌਜੂਦ ਹਾਂ ਜਿਸ ਪੁਲ ਤੋਂ ਇਹ ਪੂਰੀ ਕਹਾਣੀ ਸ਼ੁਰੂ ਹੁੰਦੀ ਹੈ ਨਵੰਬਰ 2020 ਤੋਂ ਮੈਂ ਦੂਜਾ ਪੁਆਇੰਟ ਇਸ ਕਰਕੇ ਜ਼ਿਕਰ ਕਰ ਰਹੇ ਹਾਂ ਸਰਬਜੋਤ ਕਿ ਦੇਖੋ ਜਦੋਂ ਕਿਸਾਨਾਂ ਨੇ ਅੱਗੇ ਕੂਚ ਕਰਨ ਦੀ ਕੋਸ਼ਿਸ਼ ਕੀਤੀ ਮੈਂ 2020 ਦਾ ਜ਼ਿਕਰ ਕਰ ਰਹੇ ਹਾਂ ਤਾਂ ਉਸ ਤੋਂ ਬਾਅਦ ਅੱਗੇ ਬੈਰੀਕੇਡ ਹਟਾ ਦਿੱਤੇ ਗਏ ਤੇ ਸੜਕਾਂ ਬੁੜ ਦਿੱਤੀਆਂ ਗਈਆਂ ਅੱਜ ਉਸੇ ਤਸਵੀਰ ਨੂੰ ਇੱਕ ਵਾਰ ਫੇਰ ਤੋਂ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਉਹੀ ਸਥਿਤੀ ਨਜ਼ਰ ਆਉਂਦੀ ਹੈ ਅੱਛਾ ਫਰਕ ਕੀ ਹੈ ਹੁਣ 2020 ਤੇ 2024 ਦੇ ਵਿਚਾਲੇ ਸਭ ਤੋਂ ਵੱਡਾ ਅਹਿਮ ਫਰਕ ਜੋ ਨਜ਼ਰ ਆਉਂਦਾ ਹੈ ਕਿ 2020 ਚ ਤੁਹਾਨੂੰ ਯਾਦ ਹੋਵੇਗਾ ਕਿ ਸ਼ੰਭੂ ਬਾਰਡਰ ਤੱਕ ਪਹੁੰਚ ਗਏ ਦੂਜੇ ਪਾਸੇ ਖਨੋਰੀ ਬਾਰਡਰ ਕਿਸਾਨ ਪਹੁੰਚ ਗਏ ਤੇ ਉਸ ਤੋਂ ਬਾਅਦ ਜਦੋਂ ਅੱਗੇ ਵਧਣ ਦੀ ਗੱਲ ਆਈ ਤਾਂ ਇੱਕ ਨਾਮ ਬਹੁਤ ਚਰਚਾ ਦੇ ਵਿੱਚ ਰਿਹਾ 2020 ਚ ਗੁਰਨਾਮ ਸਿੰਘ ਚੜੂਨੀ ਦਾ ਚੜੂਨੀ ਨੇ ਹੀ ਸ਼ੁਰੂਆਤ ਕੀਤੀ ਚੜੂਨੀ ਨੇ ਹੀ ਬੈਰੀਕੇਡਸ ਨੂੰ ਉਹਨਾਂ ਦੀ ਜਥੇਬੰਦੀ ਨੇ ਤੋੜਨ ਦੀ ਸ਼ੁਰੂਆਤ ਕੀਤੀ ਤੇ ਫਿਰ ਅਜਿਹੀ ਕੀਤੀ ਕਿ ਉਸ ਤੋਂ ਬਾਅਦ ਕਿਸਾਨ ਅੱਗੇ ਦੀ ਅੱਗੇ ਨਿਕਲਦੇ ਚਲੇ ਗਏ ਤੱਕ ਹੀ ਇਸ ਵਾਰ ਉਹੋ ਜੀ ਸਥਿਤੀ ਬਣੇਗੀ ਕਿ ਬੈਰੀਕੇਡਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਗੁਰਨਾਮ ਸਿੰਘ ਚਡੋਨੀ ਫਿਲਹਾਲ ਥੋੜੇ ਜਿਹਾ ਵੱਖਰੇ ਨਜ਼ਰ ਆ ਰਹੇ ਨੇ ਪੰਜਾਬ ਦੀਆਂ ਕਈ ਜਥੇਬੰਦੀਆਂ ਜਿਹੜੇ ਬਹੁਤ ਵੱਡੇ ਵੱਡੇ ਨਾਮ ਸੀ ਉਹਨਾਂ ਦੇ ਵਿੱਚ ਮਿਲਜੀਤ ਸਿੰਘ ਰਾਜੇਵਾਲ ਦਾ ਦਰਸ਼ਨਪਾਲ ਦਾ ਉਗਰਾਹ ਦਾ ਇਹ ਸਭੇ ਸਮੇਂ ਅੰਦੋਲਨ ਤੋਂ ਥੋੜੀ ਸਾਈਡ ਨੇ ਮੈਂ ਉਸ ਪੁਲ ਦੇ ਉੱਤੇ ਪਹੁੰਚਦਾ ਤੁਹਾਨੂੰ 2020 ਤੇ 2024 ਦੀਆਂ ਦੋਵੇਂ ਤਸਵੀਰਾਂ ਨੂੰ ਥੋੜੇ ਕੰਪੇਅਰ ਕਰਨ 'ਚ ਤੁਹਾਨੂੰ ਆਸਾਨੀ ਹੋਏਗੀ ਦੇਖੋ ਉਸ ਸਮੇਂ ਦੀ ਤੇ ਇਸ ਸਮੇਂ ਦੀ ਤਿਆਰੀ ਦੇ ਵਿੱਚ ਫਰਕ ਇਹ ਹੈ ਕਿ ਇਸ ਬੈਰੀਕੇਡਸ ਨੂੰ ਇਸ ਤਰੀਕੇ ਨਾਲ ਮਜ਼ਬੂਤ ਕੀਤਾ ਗਿਆ ਕਿ ਜੇ ਹਟਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਕੱਲੇ ਟਰੈਕਟਰਾਂ ਨਾਲ ਸਰਨਾ ਨਹੀਂ ਕਿ ਟਰੈਕਟਰਾਂ ਦੇ ਨਾਲ-ਨਾਲ ਤੁਹਾਨੂੰ ਚਾਹੀਦੇ ਹੋਣਗੇ ਸ਼ਾਇਦ ਕ੍ਰੇਨਸ ਜੀਸੀਬੀ ਦਾਮਿਆਂ ਥੋੜਾ ਜਿਹਾ ਹੋਰ ਅੱਗੇ ਜਾਣ ਦੀ ਕੋਸ਼ਿਸ਼ ਕਰਦਾ ਹਾਂ ਜਦੋਂ ਤੁਹਾਨੂੰ ਯਾਦ ਹੋਵੇਗਾ ਕਿ 2020 ਦੇ ਵਿੱਚ ਬੈਰੀਕੇਡ ਕਿਤੇ ਗਏ ਸੀ ਟਿੱਪਰ ਲਿਆ ਕੇ ਖੜੇ ਕਰ ਦਿੱਤੇ ਗਏ ਮੈਂ ਉਸੇ ਪੁਲ ਦੇ ਉੱਪਰ ਮੌਜੂਦ ਹਾਂ ਜਿੱਥੇ ਹੀਠਾਂ ਤੋਂ ਦਰਿਆ ਨਿਕਲਦਾ ਏ ਉਸ ਤੋਂ ਬਾਅਦ ਜਦੋਂ ਕਿਸਾਨ ਇੱਥੋਂ ਅੱਗੇ ਵਧੇ ਸੀ ਤਾਂ ਫਿਰ ਅੱਗੇ ਜਾ ਕੇ ਸੜਕਾਂ ਬੁੱਟੀਆਂ ਗਈਆਂ ਸੀ ਮੈਂ ਅੱਜ ਸੜਕ ਬੁੱਟਣ ਵਾਲੀ ਗੱਲ ਤੋਂ ਹੀ ਸ਼ੁਰੂਆਤ ਕਰਦਾ ਹਾਂ ਅਸੀਂ ਕਿੱਥੇ ਗਿਰਦੇ ਦਰਿਆ ਦੇ ਉੱਤੇ ਹੈਗੇ ਹਾਂ ਪੁਲ ਦੇ ਉੱਤੇ ਨੀਚੇ ਤੋਂ ਜਿਹੜਾ ਵਗਦਾ ਹੈ ਦੇਖੋ ਕਿਸ ਤਰੀਕੇ ਨਾਲ ਤਾਂ ਕਿ ហេਠਾਂ ਤੋਂ ਵੀ ਡਰੈਕਟਰ ਟਰਾਲੀਆਂ ਨਾ ਜਾ ਸਕਣ ਇਸ ਕਰਕੇ ਇੱਕ ਵੱਡਾ ਖੱਡਾ ਪੁੱਟ ਦਿੱਤਾ ਗਿਆ ਇਹ ਤਸਵੀਰਾਂ ਦੇ ਵਿੱਚ ਜੇਕਰ ਤੁਹਾਨੂੰ ਨਜ਼ਰ ਆ ਰਹੀਆ ਹੋਵੇ ਦਰਅਸਲ ਧੁੰਦ ਬਹੁਤ ਹੈ ਅੱਜ ਦੀ ਸਵੇਰ ਇਸ ਕਰਕੇ ਥੋੜੀਆਂ ਜਿਹੀਆਂ ਧੁੰਦਲੀਆਂ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਹੁਣ ਗੱਲ ਇਹ ਹੈ ਕਿ ਜੇਕਰ ਕੋਈ ਪੈਦਲ ਜਾਣਾ ਚਾਹੁੰਦਾ ਤਾਂ ਕੀ ਕਰੇਗਾ ਕਿ ਆਪਾਂ ਤਸਵੀਰਾਂ ਦੇਖੀਆਂ ਕੱਲ ਪੂਰਾ ਦਿਨ ਕੋਈ ਇਹਠਾਂ ਤੋਂ ਪਾਰ ਹੁੰਦਾ ਹੋਇਆ ਪਾਣੀ ਦੇ ਵਿੱਚੋਂ ਨਿਕਲ ਕੇ ਜਾ ਰਿਹਾ ਸੀ ਲੋਕ ਨਿਕਲ ਕੇ ਜਾ ਰਹੇ ਸੀ ਤਾਂ ਉਹ ਵੀ ਸਥਿਤੀ ਅੱਜ ਮਮਕਨ ਨਹੀਂ ਹੈ ਕਿ ਨਜ਼ਰ ਆਏਗੀ ਹੋ ਸਕਦਾ ਹੈ ਕਿ ਕੁਝ ਫਿਰ ਵੀ ਕੋਸ਼ਿਸ਼ ਕਰਨ ਪਰ ਦਿੱਕਤ ਹੈ ਨਹੀਂ ਜਾ ਹੋਏਗਾ ਜਿਸ ਤਰੀਕੇ ਨਾਲ ਮਿੱਟੀ ਨੂੰ ਪੁੱਟ ਦਿੱਤਾ ਗਿਆ ਹੈ ਮਿੱਟੀ ਖੋਦ ਦਿੱਤੀ ਗਈ ਹੈ ਇੱਥੇ ਤਾਂ ਉਹ ਵੀ ਇੱਕ ਚੀਜ਼ ਨਜ਼ਰ ਆਏਗੀ ਆਪਾਂ ਥੋੜਾ ਜਿਹਾ ਅੱਗੇ ਚੱਲਦੇ ਹਾਂ ਅੱਗੇ ਜਾ ਕੇ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਕਿੰਨੇ ਵੱਡੇ ਬੈਰੀਕੇਡਸ ਲਗਾਏ ਗਏ ਨੇ ਔਰ ਕਿਸ ਤਰੀਕੇ ਦੇ ਨਾਲ ਇੱਥੇ ਸਥਿਤੀ ਹੈ पुल के एक पासे देखो जोड़े वे वे देख सकते हो कि एक तरीके स्लैब लगा के बंद कर दता आ गया इस वाले पास तो भी अगे नहीं जाया जा सकता या फिर पुल वाले पास नहीं जाया जा सकता और मैं इस समय मौजूदा बिल्कुल उस बॉर्डर के उ और जिथे पूरी बैरीकेड की गई है मैं कोशिश करा तो जे इे मौजूद ने तुम तो देखो पूरे छे फुट के तो कह सकते हो कि आध आधे एडे एडे वे स्लैब रखे गए हैं करीब करीब ਇਹ ਫੜਦੇ ਨੇ ਔਰ ਜੇ ਮੈਂ ਇਹ ਤੋਂ ਉੱਚਾ ਉੱਠ ਕੇ ਦੇਖਣਾ ਚਾਹਣਾ ਤਾਂ ਤੁਸੀਂ ਪਿੱਛੇ ਤੱਕ ਬਹੁਤ ਸਾਰੇ ਨੇ ਇਹ ਨਹੀਂ ਕਿ ਇਹ ਇੱਕੋ ਸਲੈਬ ਹੈ ਇਸ ਦੇ ਪਿੱਛੇ ਬਹੁਤ ਸਾਰੀਆਂ ਸਲੈਬਸ ਨੇ ਔਰ ਇਸ ਤੋਂ ਤੁਸੀਂ ਹੋਰ ਪਿੱਛੇ ਜਾ ਕੇ ਦੇਖਿਆ ਜਾਵੇ ਤਾਂ ਕੰਡੇ ਵਾਲੀਆਂ ਤਾਰਾਂ ਹੋਰ ਤਸਵੀਰਾਂ ਹੈਗੀਆਂ ਨੇ ਅੱਛਾ ਹੁਣ ਤੁਸੀਂ ਆ ਵੀ ਦੇਖੋ ਇੱਥੇ ਪੂਰਾ ਸੀਮਿੰਟ ਦੇ ਨਾਲ ਕਿਵੇਂ ਬਹੁਤ ਮਜ਼ਬੂਤ ਸਰੀਏ ਜਿਹੜੇ ਨੁਕੀਲੇ ਸਰੀਏ ਜਿਵੇਂ ਆਪਾਂ ਕਿੱਲਾ ਹੁੰਦੀਆਂ ਬਹੁਤ ਤਿੱਖੀਆਂ ਉਸ ਤਰੀਕੇ ਦੇ ਨਾਲ ਕਰ ਦਿੱਤਾ ਗਿਆ ਉਹ ਤਸਵੀਰਾਂ ਸਭ ਕੁਝ ਬਿਆਨ ਪਰੀਆਂ ਨੇ ਕਿ ਇੱਥੋਂ ਜੇਕਰ ਕੋਈ ਟਰੈਕਟਰ ਚੜਾਉਣ ਦੀ ਕੋਸ਼ਿਸ਼ ਕਰਦਾ ਹੈ ਜਾਂ ਇੱਥੋਂ ਕੋਈ ਗੱਡੀ ਲੈ ਕੇ ਜਾਣ ਦੀ ਕੋਸ਼ਿਸ਼ ਕਰੇਗਾ ਤਾਂ ਟਾਇਰ ਅੱਗੇ ਨਹੀਂ ਜਾ ਸਕਣਗੇ ਦਿੱਕਤ ਹੋਏਗੀ ਤਾਂ ਇਹ ਪੂਰੀ ਉਸ ਤਰੀਕੇ ਦੀ ਸਥਿਤੀ ਤੁਸੀਂ ਕਹਿ ਸਕਦੇ ਹੋ ਕਿ ਇੱਥੇ ਮੌਲੀਕ ਦਿੱਤੀ ਗਈ ਹੈ ਹੁਣ ਗੱਲ ਹੈ ਕਿ ਇੱਥੇ ਕੋਈ ਪਹੁੰਚ ਰਿਹਾ ਜੀ ਨਹੀਂ ਇੱਥੇ ਪਹੁੰਚਣ ਦੀ ਸਥਿਤੀ ਇਸ ਸਮੇਂ ਨਹੀਂ ਹੈ ਕਿ ਕੋਈ ਇੱਥੇ ਪਹੁੰਚ ਜਾਵੇ ਕਿਉਂਕਿ ਇੱਥੇ ਇੰਤਜ਼ਾਮ ਇਸ ਤਰੀਕੇ ਦੇ ਕਿੱਥੇ ਗਏ ਨੇ ਸਲੈਬਸ ਤੁਸੀਂ ਦੇਖ ਲਓ ਮੇਰੇ ਸਹਿਯੋਗੀ ਥੋੜਾ ਜਿਹਾ ਹੋਰ ਅੱਗੇ ਆਏ ਨੇ ਮੈਂ ਥੋੜਾ ਜਿਹਾ ਹੋਰ ਅੱਗੇ ਜੇਕਰ ਆ ਸਕੋ ਤੁਸੀਂ ਵਿਨੋਦ ਤਾਂ ਇਹ ਤਸਵੀਰਾਂ ਸੀ ਆਪਣੀ ਜਿੱਥੇ ਸਲੈਬਸ ਆਪਣੇ ਆਪ ਦੇ ਵਿੱਚ ਕਹਾਣੀ ਨੂੰ ਬਿਆਨ ਕਰ ਰਹੀਆਂ ਨੇ ਇੱਕ ਪਾਸੇ ਪੂਰੇ ਪੁਲ ਦੇ ਉੱਪਰ ਜਦੋਂ ਮੈਂ نیچے ਦੇਖਦਾ ਤਾਂ ਬਹੁਤ ਡੂੰਘਾ ਜਿਹੜੀ ਮਿੱਟੀ ਪੁੱਟ ਦਿੱਤੀ ਗਈ ਹੈ ਤੁਸੀਂ ਇੱਕ ਵਾਰੀ ਥੋੜਾ ਜਿਹਾ نیچے ਧਿਆਨ ਦੇ ਨਾਲ ਜੇਕਰ ਦਿਖਾ ਸਕੋ ਕਿ ਕੋਈ ਲੰਘਣ ਦੀ ਕੋਸ਼ਿਸ਼ ਕਰ ਰਿਹਾ ਤਾਂ ਉੱਥੋਂ ਨਿਕਲਣਾ ਮੁਸ਼ਕਲ ਹੋ ਰਿਹਾ ਕਿੱਥੇ ਜਾਣਾ ਇਹ ਆਪਨੇ ਤੇ نیچے ਹੈ ਨਹੀਂ ਰਸਤਾ ਨਿਕਲਣ ਨੂੰ ਪਹਿਲਾਂ ਹੁੰਦਾ ਸੀ ਹੂੰ ਤੇ ਜਿਹੜੇ ਲੋਕ نیچے ਨਿਕਲ ਰਹੇ ਨੇ ਆਵਾਜ਼ਾਂ ਦੀ ਬੇਸ਼ੱਕ ਤੁਹਾਡੇ ਤੱਕ ਨਾ ਪਹੁੰਚੀ ਹੋਵੇ ਮੇਰੇ ਤੱਕ ਪਹੁੰਚੀ ਹੈ ਮੈਂ ਜ਼ਰੂਰ ਦੱਸ ਦਿੰਨਾ ਹੈ ਮੈਂ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਹਾਂਜੀ ਅੱਛਾ ਜੀ ਤੇ ਇਹ ਤਸਵੀਰ ਆਪਣੇ ਆਪ ਦੇ ਵਿੱਚ ਸਰਬਜੋਤ ਬਿਆਨ ਕਰ ਰਹੀ ਹੈ ਮੈਂ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਕਹਿੰਦੇ ਪਹਿਲਾਂ ਫੇਰ ਵੀ ਰਾਹ ਹੁੰਦਾ ਸੀ ਜਿਹੜਾ ਨਿਕਲ ਕੇ ਜਾਇਆ ਜਾ ਸਕਦਾ ਸੀ ਪਰ ਅੱਜ ਇਸ ਤਰੀਕੇ ਨਾਲ ਪੂਰਾ ਪੁੱਟ ਦਿੱਤਾ ਗਿਆ ਇੱਥੇ ਜੇ ਤਸਵੀਰਾਂ ਨਜ਼ਰ ਆ ਰਹੀਆਂ ਹੋਣਗੀਆਂ